ਇਵਰ ਐਪਲ ਲਈ ਇਵੈਂਟ ਜਿਹੜਾ ਖਤਮ ਹੋ ਚੁੱਕਿਆ ਕਿਹੜੇ ਕਿਹੜੇ ਮਾਡਲ ਆਏ ਨੇ ਕੀ ਚੇਂਜ ਪਾਇਆ ਮੈਂ ਸਾਰਾ ਕੁਝ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖੋ ਵੀਰੇ ਕਲਰ ਤੇ ਹਨਾ ਸਟੋਰੇਜ ਨਵੇਂ ਕਲਰ ਕਿਹੜੇ ਆਏ ਨੇ ਧਿਆਨ ਨਾਲ ਸੋਲੋ 15 Pro ਤੇ 15 Pro Max ਬਲੈਕ ਸਿਲਵਰ ਟਾਈਟਨ ਗ੍ਰੇ ਨਵਾਂ ਆਇਆ ਡਾਰਕ ਬਲੂ ਨਵਾਂ ਆਇਆ ਜਿਵੇਂ ਪਹਿਲਾਂ ਨਹੀਂ ਰੇਟ ਆ ਜਾਂਦਾ 1000 ਡਾਲਰ ਤੇ 1200 ਹੈ ਠੀਕ ਹੈ ਜੀ ਕੈਮਰੇ ਬਿਲਕੁਲ ਸੇਮ ਨੇ ਲੁੱਕ ਆਵਾਜ਼ ਬਿਲਕੁਲ ਸੇਮ ਹੈ ਟਾਈਟੇਨੀਅਮ ਲੁੱਕ ਆ ਗਈ ਨਵੀਂ ਠੀਕ ਹੈ ਥੋੜਾ ਜਿਹਾ ਕਰਬ ਕਰਤਾ ਤੇ ਕੈਮਰੇ ਬਿਲਕੁਲ ਸੇਮ ਨੇ ਤੇ ਸਾਈਜ਼ ਆ ਜਿਹੜਾ ਬਿਲਕੁਲ ਪਹਿਲਾਂ ਨਾਲ ਨਾਲ ਦਾ ਸੀਪੋਰਟ ਕਰਤਾ ਨਮਾ ਸੀਟ ਚਾਰਜ ਲੱਗੂਗਾ ਤੇ ਜਿਹੜਾ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਜਿਵੇਂ ਪਹਿਲਾਂ ਮਿਊਟ ਵਾਲਾ ਬਟਨ ਸੀ ਹੈ ਨਾ ਆਪਾਂ ਨੀਚੇ ਉੱਪਰ ਨੀਚੇ ਕਰਦੇ ਸੀ ਹੁਣ ਐਕਸ਼ਨ ਬਟਨ ਕਰਤਾ ਇਹਨੂੰ ਦੱਬ ਕੇ ਆਪਾਂ ਪ੍ਰੋਗਰਾਮ ਵਿੱਚ ਹੋਰ ਵੀ ਕਈ ਚੀਜ਼ਾਂ ਵਰਕ ਕਰ ਸਕਾਂ ਜਾਂ ਕੱਟ ਸਕਾਂ 15 ਪ੍ਰੋ 1000 ਡਾਲਰ ਦਾ 15 ਪ੍ਰੋ ਮੈਕਸ 1200 ਡਾਲਰ ਦਾ ਡਿਸਪਲੇਸ ਸਾਈਜ਼ 6.1 ਤੇ 6.7 ਹੈ 15 ਪ੍ਰੋ ਮੈਕਸ ਦਾ ਡਾਇਨਾਮਿਕ ਕਰਤਾ ਫਰਕ ਕੀ ਪਤਾ ਜਿਹੜਾ ਪਹਿਲਾਂ 14 ਤੇ 14 ਪਲੱਸ ਦੀਗਾ ਉਹਦੇ ਵਿੱਚ ਐਵੇਂ ਦੀ ਨੌਚ ਸਕਰੀਨ ਸੀ ਹੈ ਨਾ ਐਵੇਂ ਹੁਣ ਉਹਦੇ ਵਿੱਚ ਵੀ ਡਾਇਨਾਮਿਕ ਆਊਗੀ ਸਕਰੀਨ ਸੀ ਹੈ ਨਾ ਐਵੇਂ ਹੁਣ ਉਹਦੇ ਵਿੱਚ ਵੀ ਡਾਇਨਾਮਿਕ ਆਊਗੀ ਐਵੇਂ 15 ਤੇ 15 ਪਲੱਸ ਦੇ ਵਿੱਚ ਵੀ ਸੇਮ ਹੋਣਗੇ ਆ ਹੈ ਨਾ ਲੁੱਕ ਵਾਜ ਬੈਟਰੀ ਪਲੱਸ ਹੈ ਵੱਡੀ ਕਰਤੀ ਬਾਕੀ ਹੋਰ ਕੋਈ ਜ਼ਿਆਦਾ ਡਿਫਰੈਂਸ ਨਹੀਂ ਪਾਇਆ ਵੀਰੇ ਸੀ ਪੋਰਟ ਕਰਿਆ ਐਕਸ਼ਨ ਬਟਨ ਕਰਿਆ ਤੇ ਡਾਇਨਾਮਿਕ ਕਰਤਾ 15 ਦੇ 15 ਪਲੱਸ ਜਿਹੜਾ ਸਾਈਜ਼ ਆ ਬਿਲਕੁਲ ਸੇਮ ਹੈ ਟਾਈਟੇਨੀਅਮ ਲੁੱਕ ਕਰਤੀ ਮਤਲਬ ਥੋੜਾ ਜਿਹਾ ਕਰਬ ਕਰਤਾ ਇਹਨਾਂ ਨੇ ਦੇਖੋ ਜੀ 48 ਮੈਗਾਪਿਕਸਲ ਕੈਮਰਾ ਕਰਤਾ ਇਹ ਮਿਊਟ ਸਵਿਚ ਕਰਤਾ ਹੁਣ ਇਹਨਾਂ ਨੇ ਪਹਿਲਾਂ ਐਕਸ਼ਨ ਬਟਨ ਸੀ ਆਪਾਂ